हेलो जी, सत श्री अकाल सारे नू। अज असी बनाउन लगे हां बर्गर घरे, होममेड बर्गर। ते इहदे लई पहला आपां डबल रोटी लई आए, असी बेकरी तो लैके आंदी है शॉप तो नहीं लई, कहिंदे असी आप ताजी बनाउने आ ना। ते फिर आलू उबाल लए आ, ते जिहड़ी अद्धे छोलियां दी दाल हुंदी आ उहनू असी पहला 3-4 घंटे भिगो के रख लिया सी, ते उस तो बाद तड़का ला लिया आ। प्याज ते टमाटर कट लिया, आवलियां, टमाटो कैचअप, रेड चिली, मेयोनीज, बाकी आपां दिखाउने तुहानू। इधर एक साइड ते आपां न्यूडल बनाउण लगे हां, इधर न्यूडल उबालने रख दिते आ। इक बाल दा वैसे आ चुक्या आ, इधर न्यूडल दा तड़का बनदा पिया आ। ਇਹਦੇ ਵਿੱਚ ਚਿੱਲੀ ਫਲੇਕਸ ਪਾ ਲਈਆਂ, ਲੂਣ, ਥੋੜ੍ਹਾ ਜਿਹਾ ਲੂਣ। ਨਿਊਡਲ ਵਿੱਚ ਵੀ ਆਪਾਂ ਲੂਣ ਪਾ ਕੇ ਉਹਨੂੰ ਉਬਾਲਿਆ ਨਾ। ਸੌਸ, ਟਮਾਟੋ ਸੌਸ, ਸੋਇਆ ਸੌਸ ਆਪਾਂ ਥੋੜ੍ਹੀ ਜਿਹੀ ਪਾਵਾਂਗੇ ਨਾ ਕਲਰ ਵਾਸਤੇ। ਚਿੱਲੀ, ਪਹਿਲੇ ਆਪਾਂ ਸਿੰਪਲੀ ਨਿਊਡਲ ਬਣਾਵਾਂਗੇ ਨਾ, ਜਿੱਦਾਂ ਵੈਜੀਟੇਬਲਸ ਵਗੈਰਾ ਨਹੀਂ ਐਡ ਕਰਾਂਗੇ, ਉਹ ਦੂਜੇ ਨਿਊਡਲ ਹੁੰਦੇ ਬਰਗਰ ਵਾਲੇ ਆ ਨਾ, ਤਾਂ ਕਿ ਇਕੱਲੇ ਪਿਆਜ਼ ਦਾ ਇੱਧਰ ਤੱਕ ਕਰਦਾ ਹੋਇਆ। ਜਦ ਤੱਕ ਭੁੱਜ ਗਿਆ ਫਿਰ ਆਪਾਂ ਉਨੀ ਦੇਰ ਆਪਾਂ ਇੱਧਰ ਪਾਉਂਦੇ ਹਾਂ ਆਲੂਆਂ ਦੇ ਵਿੱਚ, ਪਾ ਲਏ ਚਿੱਲੀ ਫਲੇਕਸ, ਪਾ ਐਡ ਕਰ ਲਈਆਂ, ਪਾ ਲਈਆਂ ਕਾਲੀ ਮਿਰਚ, ਪਾ ਲਈ ਅਰਾਰੋਟ, ਪਾ ਲਿਆ ਆਪਾਂ ਬਾਇੰਡਿੰਗ ਦੇ, ਜਿੰਨੀ ਕਿ ਤੁਹਾਡੀ ਹੁੰਦੀ ਆ ਦੇਖ ਲੈਣਾ ਨਾ। ਆਲੂ ਕਈ ਤਰ੍ਹਾਂ ਦੇ ਹੁੰਦੇ, ਕਈ ਥੋੜ੍ਹੀ ਲੋੜ ਪੈਂਦੀ ਹੈ, ਕਿਸੇ 'ਚ ਜ਼ਿਆਦਾ ਪੈਂਦੀ ਹੈ, ਉਸ ਹਿਸਾਬ ਨਾਲ ਆਪਾਂ ਮਿਕਸ ਕਰ ਲਿਆ। ਬਸ ਨਾ ਇਹਦੇ ਵਿੱਚ ਆਪਾਂ ਬਾਅਦ ਵਿੱਚ ਲੂਣ ਵੀ ਪਾਇਆ, ਅਤੇ ਉਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ। ਜੇ ਲੋੜ ਹੈਗੀ ਹੈ ਤਾਂ ਹੋਰ ਐਡ ਕਰ ਲਾਂਗੇ ਕੋਰਨਫਲਾਵਰ, ਜੇ ਨਹੀਂ ਤਾਂ ਫਿਰ ਠੀਕ ਹੈ। ਜੇ ਢਿੱਲਾ ਜਿਹਾ ਨਾ ਹੋਵੇ ਫਿਰ ਆਪਣਾ ਖੁੱਲ ਨਾ ਜਾਵੇ ਬਣਾਉਂਦੇ ਵੇਲੇ। ਪਰਫੈਕਟ ਪਰਫੈਕਟ ਡੋ ਬਣਿਆ ਇਹਨੂੰ ਤੇਲ ਦਾ ਹੱਥ ਲਾਉਣਾ, ਟਿੱਕੀਆਂ ਜਦੋਂ ਬਣਾਉਣੀਆਂ ਨਿਊਡਲ ਹੁਣ ਉੱਧਰੋਂ ਉਬਾਲ ਕੇ ਆਪਾਂ ਪਾਣੀ ਵਿੱਚ ਦੀ ਕੱਢ ਲਏ ਇੱਕ ਵਾਰ, ਉਹ ਨਹੀਂ ਵੀਡੀਓ ਬਣਾ ਹੋਈ ਚਲੋ। ਅਤੇ ਹੁਣ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਤੜਕੇ ਨਾਲ ਚੰਗੀ ਤਰ੍ਹਾਂ। ਇੱਧਰ ਹੁਣ ਤੇਲ ਲਾ ਕੇ ਹੱਥ ਨੂੰ, ਅਤੇ ਟਿੱਕੀ ਬਣਾਉਣ ਲੱਗੇ ਹਾਂ ਆਪਾਂ। ਜਿਹੜਾ ਦਾਲ ਵਾਲਾ ਮਸਾਲਾ ਮਿਕਸ ਕੀਤਾ ਸੀ ਨਾ, ਤੜਕਾ ਲਾਇਆ ਸੀਗਾ, ਉਹ ਵਿੱਚ ਐਡ ਕਰਤੇ ਟਿੱਕੀ ਦੇ ਵਿੱਚ ਭਰ ਕੇ। ਤਾਂ ਹੁਣ ਆਲੂਆਂ ਇੱਦਾਂ ਨੂੰ ਵਧਾ ਲਵਾਂਗੇ। ਜੇ ਕਿਤੇ ਲੱਗਦਾ ਹੋਇਆ ਖਿੱਦਾ ਲਾ ਸਕਦੇ ਹਾਂ ਆਪਾਂ। ਕਰ ਦੇ ਇਕੱਠੀਆਂ ਬਣਾ ਬਣਾ ਰੱਖ ਲਓ।
ਇਹਨੂੰ ਇਦਾਂ ਕਰ ਲਿਆ ਉੱਚ ਨਹੀਂ ਲਾਉਣਾ ਦੂਸਰੇ ਦਾ ਵਿੱਚ ਵੱਡੇ ਕੜਾਈ ਆ ਛੋਟੀ ਕੜਾਈ ਚ ਇੱਦਾਂ ਬਣਾ ਬਣਾ ਰੱਖ ਲਵਾਂਗੇ ਆਪਾਂ ਸਾਰੀਆਂ ਟਿੱਕੀਆਂ ਜਿੰਨੀਆਂ ਆਪਾਂ ਨੂੰ ਜਿੱਦਾਂ ਹੁਣ 6 ਬਰਗਰ ਬਣਨੇ ਆਪਣੇ ਤਾਂ 6 ਟਿੱਕੀਆਂ ਨੂੰ ਹੁਣ ਆਪਾਂ ਇੱਧਰ ਪੈਨ ਤੇਲ ਪਾਤਾ ਆ ਕੜਾਈ ਵਿੱਚ ਉਹਨੂੰ ਥੋੜ੍ਹਾ ਗਰਮ ਕਰਾਂਗੇ ਇਹਨੂੰ ਹੁਣ ਚੰਗੀ ਤਰ੍ਹਾਂ ਗਰਮ ਕਰਾਂਗੇ ਥੋੜ੍ਹਾ ਨਹੀਂ ਫਿਰ ਇੱਕ ਇੱਕ ਟਿੱਕੀ ਹੈ ਨਾ ਪਾ ਕੇ ਤਾਂ ਉਹਨੂੰ ਫਰਾਈ ਕਰ ਲਾਂਗੇ ਕਰਦੇ ਦਿਖਾਉਂਦੇ ਹਾਂ ਆਪਾਂ ਤੁਹਾਨੂੰ ਤੇਲ ਗਰਮ ਹੋ ਜਾਵੇ ਹੁਣ ਆਪਾਂ ਸੌਸ ਵੀ ਮਿਕਸ ਕਰ ਲਾਂਗੇ ਸਾਰੀਆਂ ਸੌਸਸ ਇੱਧਰ ਹੁਣ ਆਪਾਂ ਤਵਾ ਗਰਮ ਕਰ ਲਿਆ ਬ੍ਰੈਡ ਗਰਮ ਕਰਾਂਗੇ ਡਬਲ ਰੋਟੀਆਂ ਬਰਗਰ ਲਈ ਨਿਊਡਲ ਹੁਣ ਉੱਧਰੋਂ ਉਬਾਲ ਕੇ ਆਪਾਂ ਪਾਣੀ ਵਿੱਚ ਦੀ ਕੱਢ ਲਏ ਇੱਕ ਵਾਰ ਉਹ ਨਹੀਂ ਵੀਡੀਓ ਬਣਾ ਹੋਈ ਚਲੋ ਅਤੇ ਹੁਣ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਤੜਕੇ ਨਾਲ ਚੰਗੀ ਤਰ੍ਹਾਂ ਇੱਧਰ ਹੁਣ ਤੇਲ ਲਾ ਕੇ ਹੱਥ ਨੂੰ ਅਤੇ ਟਿੱਕੀ ਬਣਾਉਣ ਲੱਗੇ ਆਪਾਂ ਜਿਹੜਾ ਦਾਲ ਵਾਲਾ ਮਸਾਲਾ ਮਿਕਸ ਕੀਤਾ ਸੀ ਨਾ ਤੜਕਾ ਲਾਇਆ ਸੀਗਾ ਉਹ ਵਿੱਚ ਐਡ ਕਰਤੇ ਟਿੱਕੀ ਦੇ ਵਿੱਚ ਭਰ ਕੇ ਤਾਂ ਹੁਣ ਆਲੂਆਂ ਇੱਦਾਂ ਨੂੰ ਵਧਾ ਲਵਾਂਗੇ ਜੀ ਕਿਤੇ ਲੱਗਦਾ ਹੋਇਆ ਕਿੱਦਾਂ ਲਾ ਸਕਦੇ ਹਾਂ ਆਪਾਂ ਇੱਧਰ ਤੇਲ ਲਾ ਕਰ ਦੇ ਇਕੱਠੀਆਂ ਬਣਾ ਬਣਾ ਰੱਖ ਲਓ ਇਹਨੂੰ ਇੱਦਾਂ ਕਰ ਲਿਆ ਉਹ 'ਚ ਨਹੀਂ ਲਾਉਣਾ ਦੂਸਰੇ ਦਾ ਵਿੱਚ ਵੱਡੇ ਕੜਾਈ ਆਹ ਛੋਟੀ ਕੜਾਈ 'ਚ ਇੱਦਾਂ ਬਣਾ ਬਣਾ ਰੱਖ ਲਵਾਂਗੇ ਆਪਾਂ ਸਾਰੀਆਂ ਟਿੱਕੀਆਂ ਜਿੰਨੀਆਂ ਆਪਾਂ ਨੂੰ ਜਿੱਦਾਂ ਹੁਣ 6 ਬਰਗਰ ਬਣਨੇ ਆਪਣੇ ਤਾਂ 6 ਟਿੱਕੀਆਂ ਨੂੰ ਹੁਣ ਆਪਾਂ ਇੱਧਰ ਪੈਨ ਤੇਲ ਪਾਤਾ ਆ ਕੜਾਈ ਵਿੱਚ ਉਹਨੂੰ ਥੋੜ੍ਹਾ ਗਰਮ ਕਰਾਂਗੇ ਇਹਨੂੰ ਹੁਣ ਚੰਗੀ ਤਰ੍ਹਾਂ ਗਰਮ ਕਰਾਂਗੇ ਥੋੜ੍ਹਾ ਨਹੀਂ ਫਿਰ ਇੱਕ ਇੱਕ ਟਿੱਕੀ ਹੈ ਨਾ ਪਾ ਕੇ ਤਾਂ ਉਹਨੂੰ ਫਰਾਈ ਕਰ ਲਾਂਗੇ ਕਰਦੇ ਦਿਖਾਉਂਦੇ ਹਾਂ ਆਪਾਂ ਤੁਹਾਨੂੰ ਤੇਲ ਗਰਮ ਹੋ ਜਾਵੇ ਹੁਣ ਆਪਾਂ ਸੌਸ ਵੀ ਮਿਕਸ ਕਰ ਲਾਂਗੇ ਸਾਰੀਆਂ ਸੌਸਸ ਇੱਧਰ ਹੁਣ ਆਪਾਂ ਤਵਾ ਗਰਮ ਕਰ ਲਿਆ ਬ੍ਰੈਡ ਗਰਮ ਕਰਾਂਗੇ ਡਬਲ ਰੋਟੀਆਂ ਬਰਗਰ ਲਈ ਚਲੋ ਹੁਣ ਤੇਲ 'ਚ ਪਾ ਦਿੱਤੀ ਆ ਟਿੱਕੀ ਤੁਸੀਂ ਹਾਫ ਆ ਕੇ ਬਣਾਉਣੀ ਆ ਗੈਸ ਥੋੜ੍ਹਾ ਘੱਟ ਜਿਹੜੀ ਵਿੱਚੋਂ ਵੀ ਬਣੇ ਜਿਹੜੀ ਕੰਜੀ ਨਾ ਰਹੀ ਆਪਾਂ ਵਿੱਚ ਮੇਨ ਗੱਲ ਵਿੱਚ ਜਿਹੜੇ ਛੋਲਿਆਂ ਦੀ ਸਬਜ਼ੀ ਦਾਲ ਆ ਨਾ ਉਹਦਾ ਆ ਕਿਉਂਕਿ ਜਿਹੜੀ ਆਪਣੇ ਕੋਲ ਨਾਲ ਨਹੀਂ ਲੱਗ ਗਈ ਜਿਹੜੀ ਆਲੂ ਤਾਂ ਚਲੋ ਉਹ ਬਣੇ ਹੋਈ ਆ ਆਪਾਂ ਇੱਧਰ ਬ੍ਰੈਡ ਨੂੰ ਕੱਟ ਲਿਆ ਇੱਦਾਂ ਹਾਫ ਹਾਫ ਪੀਸਿਸ ਅਤੇ ਇੱਧਰ ਤਵੇ 'ਤੇ ਗਰਮ ਕਰਾਂਗੇ ਇੱਧਰ ਟਿੱਕੀ ਬਣਦੀ ਪਈ ਆ ਕ੍ਰਿਸਪੀ ਜਿਹੀ ਬਣਾਵਾਂਗੇ ਨਾ ਵੀਰ ਉਹ ਚੱਕਰ ਡਬਲ ਰੋਟੀ ਸੱਚ ਚਮਚਾ ਚੱਕੀ ਹੈ ਵੀ ਚਲੋ ਹੁਣ ਆਪਾਂ ਬਰਗਰ ਤਿਆਰ ਕਰਦੇ ਹਾਂ ਇੱਧਰ ਰੱਖਦੇ ਹਾਂ ਅਤੇ ਹਾਂਜੀ ਟਿੱਕੀ ਤਿਆਰ ਹੋ ਗਈ ਸਾਡੀ ਇੱਦਾਂ ਟਿੱਕੀ ਵੀ ਤਿਆਰ ਹੋ ਗਈ ਕ੍ਰਿਸਪੀ ਤੁਸੀਂ ਦੇਖ ਸਕਦੇ ਹਾਂ ਇਹ ਤਾਂ ਹੁਣ ਆਪਾਂ ਪਾ ਲਵਾਂਗੇ ਅਸੀਂ ਸੌਸ ਟਮਾਟੋ ਕੈਚਪ ਲਾ ਲਈ ਪਹਿਲਾਂ ਪਾ ਲਵਾਂਗੇ ਤੁਹਾਡੀ ਮਰਜ਼ੀ ਆ ਜਿੱਦਾਂ ਦੀ ਕਰਨਾ ਚਾਹੁੰਦੇ ਤੁਸੀਂ ਪਿਆਜ਼ ਟਮਾਟਰ ਤੁਸੀਂ ਠੀਕ ਖੀਰੇ ਸਾਡੇ ਬੱਚੇ ਨਹੀਂ ਖਾਂਦੇ ਹੈ ਨਾ ਤਾਂ ਕਰਕੇ ਨਹੀਂ ਆਪਾਂ
ਅਸੀਂ ਸਾਡੀ ਟਿੱਕੀ ਪਸੰਦ ਕਰਦੇ ਆ ਯਾਰੀ ਪੋਣੇ ਜੀ ਇਹ ਮਹਾਰਾਜਾ ਬਰਗਰ ਆ ਤੇ ਨਿਊਡਲ ਬਾਕੀ ਤੁਹਾਡੀ ਇੱਛਾ ਆ ਜਿੱਦਾਂ ਵੀ ਤੁਸੀਂ ਬਰਗਰ ਆਪਣਾ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਹਨੂੰ ਰੈਪ ਕਰਾਂਗੇ ਰੈਪਰ ਖਰਾਬ ਨਿਕਲਿਆ ਠੀਕ ਆ ਖਾਣਾ ਹੀ ਤੁਹਾਨੂੰ ਪੈਕ ਕਰਕੇ ਦਿਖਾਇਆ ਸਾਡਾ ਰੈਪਰ ਮਾੜਾ ਨਿਕਲਿਆ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਦਾ ਲੱਗੀ ਸਾਡੀ ਰੈਸਪੀ ਇੱਦਾਂ ਬਣਾ ਕੇ ਘਰੇ ਖਾਣੀ ਆ ਸਾਡੇ ਹੁਣ ਬਣ ਰਹੇ ਆ ਹੋਰ ਟਿੱਕੀਆਂ ਤਿਆਰ ਨੇ ਚਲੋ ਫਿਰ ਮਿਲਦੀ ਅਗਲੀ ਵੀਡੀਓ 'ਚ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ